Al, he, 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 al, he. ਵਾਲਕਮ ਸਲਾਮ ਬਾਬਾ ਜੀ ਸਰਕਾਰ, ਮੈਂ ਬੜੀ ਦੂਰੋਂ ਚੱਲ ਕੇ ਤੁਹਾਡੇ ਕੋਲ ਆਇਆ ਵਾਂ। ਮੈਂ ਤੁਹਾਡਾ ਨਾਂ ਸੁਣਿਆ ਸੀ, ਮੇਰੀ ਖਾਲਾ ਦਾ ਬੇਟਾ ਹੈ ਨਾ ਜਿਹੜਾ ਬਸ਼ੀਰ, ਉਹਨੇ ਮੈਨੂੰ ਤੁਹਾਡਾ ਨਾਂ ਦੱਸਿਆ ਸੀ ਅਤੇ ਤੁਹਾਡਾ ਆਸਥਾਨਾ ਉਹਨੇ ਮੈਨੂੰ ਦੱਸਿਆ ਸੀ ਕਿ ਸਰਕਾਰ ਮੈਂ ਬੜੀ ਦੂਰੋਂ ਬੜੀ ਆਸ ਉਮੀਦ ਲੈ ਕੇ ਆਇਆ ਤੁਹਾਡੇ ਕੋਲ। ਤੁਸੀਂ ਆਪਣਾ ਕੰਮ ਦੱਸੋ, ਕੰਮ ਕੀ? ਬਾਬਾ ਜੀ ਸਰਕਾਰ, ਮੇਰੀ ਜਿਹੜੀ ਬੀਵੀ ਹੈ ਨਾ, ਉਹ ਐਡੀ ਜ਼ਾਲਮ ਔਰਤ ਹੈ, ਕਿਸੇ ਦਰਿੰਦਾ ਸਿਫਤ ਇਨਸਾਨ ਹੈ ਕਿ ਉਹਨੇ ਮਾਰਨ ਲੱਗਿਆਂ ਜ਼ਰਾ ਦਰੇਜ ਨਹੀਂ ਕਰਦੀ, ਮੈਨੂੰ ਚਪੇਟਾਂ ਦੇ ਨਾਲ ਮਾਰਦੀ ਹੈ ਅਤੇ ਉਹਦੇ ਹੱਥ ਆਉਂਦੇ ਨੇ ਜਿਵੇਂ ਲੋਹੇ ਦੇ ਹੁੰਦੇ ਨੇ ਥੌੜੇ। ਅਤੇ ਬਾਬਾ ਜੀ ਮੈਂ ਬਹੁਤ ਪਰੇਸ਼ਾਨ ਹੋਇਆ ਵਾਂ, ਉਹ ਇੰਝ ਮਾਰਦੀ ਜਿਵੇਂ ਹਰਾਮ ਦੇ ਬਾਲ ਨੂੰ ਮਾਰੀਦਾ ਹੈ। ਅਤੇ ਮੈਨੂੰ ਉਹਨੇ ਬੜਾ ਕੁੱਟਿਆ, ਇੰਨਾ ਕੁੱਟਿਆ ਕਿ ਮੇਰੇ ਪਿੰਡੇ 'ਤੇ ਲਾਸਾਂ ਪੈ ਗਈਆਂ ਨੇ, ਇੱਧਰ ਵੀ ਲਾਸ਼ਾਂ ਪੈ ਗਈਆਂ ਨੇ, ਇੱਧਰ ਵੀ ਲਾਸ਼ਾਂ ਪੈ ਗਈਆਂ ਨੇ। ਅਤੇ ਮੇਰਾ ਮੂੰਹ ਜਿਹੜਾ ਨਾ ਉਹਨੇ ਚੁੱਲ੍ਹੇ 'ਚ ਦੇ ਦਿੱਤਾ ਸੀ, ਆ ਵੇਖੋ ਇੰਝ ਹੋ ਗਿਆ ਜਿਵੇਂ ਸੜੀ ਇਸਤਰੀ ਹੁੰਦੀ। ਬਾਬਾ ਜੀ ਅਤੇ ਮੈਂ ਬਹੁਤ ਪਰੇਸ਼ਾਨ ਹਾਂ ਬਾਬਾ ਜੀ, ਇਸ ਤਰ੍ਹਾਂ ਕਰੋ ਕੋਈ ਐਸਾ ਦੁਆ ਦਾਰੂ ਕੋਈ ਤਵੀਜ਼ ਧਾਗਾ ਕਰ ਦਿਓ ਕਿ ਮੇਰੀ ਬੀਵੀ ਜਿਹੜੀ ਹੈ ਨਾ ਮੈਨੂੰ ਮਾਰੇ ਨਾ, ਮੈਨੂੰ ਇੰਨਾ ਮਾਰਦੀ ਹੈ ਜਿਵੇਂ ਹਮਸਾਏ ਕੁੱਤਿਆਂ ਨੂੰ ਮਾਰਦੇ ਨੇ। ਬਾਬਾ ਜੀ ਮੇਰੀ ਬੀਵੀ ਇੰਝ ਮੈਨੂੰ ਮਾਰਦੀ ਜਿਵੇਂ ਛੇੜੂ ਮੱਝਾਂ ਨੂੰ ਮਾਰਦੇ ਨੇ ਅਤੇ ਗਾਵਾਂ ਨੂੰ ਮਾਰਦੇ ਨੇ। ਆਹ ਵੇਖ ਲਓ, ਇਹ ਵੇਖੋ ਕਿੰਨੀਆਂ ਸੋਜਾਂ ਪਈਆਂ ਨੇ, ਇਹ ਵੇਖੋ ਇਹ ਵੇਖੋ, ਇਹ ਕਿੱਡੀ ਸੋਜ ਪਈ ਹੈ ਮੈਨੂੰ, ਇਹ ਵੇਖ ਲਓ ਅਤੇ ਇੱਧਰ ਵੀ ਵੇਖ ਲਓ ਅਤੇ ਇੱਧਰਲੇ ਪਾਸੇ ਵੀ ਵੇਖ ਲਓ ਭਾਵੇਂ, ਅਤੇ ਇੰਨੀਆਂ ਸੋਜਾਂ ਪਈਆਂ ਨੇ, ਮੇਰਾ ਪੂਰਾ ਜਿਸਮ ਟੁੱਟ ਭੱਜਦਾ ਪਿਆ, ਮੈਨੂੰ ਇੰਨਾ ਕੁੱਟਿਆ ਉਹਨੇ, ਇੰਨਾ ਕੁੱਟਿਆ ਕਿ ਮੈਂ ਬਾਬਾ ਜੀ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਕਿਹੜੇ ਪਾਸੇ ਟੁਰ ਜਾਂ ਅਤੇ ਕਿੱਧਰ ਮੂੰਹ ਕਰ ਜਾਂ। ਬਾਬਾ ਜੀ ਮੇਰਾ ਦਿਲ ਕਰਦਾ ਕਿ ਮੈਂ ਕਿਸੇ ਪਾਸੇ ਮੂੰਹ ਹੀ ਕਰ ਜਾਵਾਂ, ਅਤੇ ਬਾਬਾ ਜੀ ਕੁਝ ਦੇਖ ਮੈਨੂੰ ਕੋਈ ਐਸਾ ਤਵੀਜ਼ ਧਾਗਾ ਦੇ ਦਿਓ ਜਿਹਦੇ ਨਾਲ ਮੇਰੀ ਬੀਵੀ ਜਿਹੜੀ ਹੈ ਨਾ ਮੈਨੂੰ ਪਿਆਰ ਕਰੇ, ਮੈਨੂੰ ਮਾਰੇ ਨਾ। ਦੇਖੋ ਜੀ, ਮੈਨੂੰ ਤਾਂ ਇਹ ਲੱਗਦਾ ਕਿ ਤੁਹਾਡਾ ਜਿਸਮ ਨਾ ਪੱਕ ਗਿਆ, ਇਹ ਤੁਸੀਂ ਜਿਹੜੀਆਂ ਮਾਰਾਂ ਖਾਧੀਆਂ ਨੇ ਨਾ ਇਹ ਹੁਣ ਤੁਹਾਨੂੰ ਤੁਹਾਡਾ ਜਿਸਮ ਪੱਕ ਗਿਆ। ਅਤੇ ਮੈਂ ਇਹ ਹੀ ਕਹਿੰਦਾ ਵਾਂ ਕਿ ਇਸ ਉਮਰੇ ਤੁਸੀਂ ਕੀ ਕਰਨਾ, ਤੁਸੀਂ ਇੰਝ ਕਰੋ, ਤੁਸੀਂ ਜਿਹੜੀ ਉਮਰ ਹੈ ਨਾ ਤੁਹਾਡੀ ਹੁਣ ਅੱਲਾ ਅੱਲਾ ਕਰੋ ਅਤੇ ਬੇਗਮ ਕੋਲੋਂ ਜੋ ਹੁੰਦਾ ਜੇ ਉਹ ਕਰਵਾਓ। ਬਾਬਾ ਜੀ ਬਾਬਾ ਜੀ ਗੂੰਗੇ ਬੋਲੇ ਹੋ ਕੇ ਬਹਿ ਗਏ, ਮੇਰੀ ਗੱਲ ਸੁਣੋ ਗਰੀਬ ਦੀ। ਬਾਬਾ ਜੀ ਯਕੀਨ ਕਰੋ ਮੈਂ ਬਹੁਤ ਪਰੇਸ਼ਾਨ ਹਾਂ, ਕੋਈ ਐਸਾ ਤਵੀਜ਼ ਦੇ ਦਿਓ ਕਿ ਮੈਨੂੰ ਇਸ ਕੰਮ ਤੋਂ ਨਜਾਤ ਮਿਲ ਜਾਏ, ਛਿੱਤਰਾਂ ਤੋਂ ਮੈਨੂੰ ਨਜਾਤ ਮਿਲ ਜਾਵੇ। ਮੈਂ ਬੜਾ ਪਰੇਸ਼ਾਨ ਹੋਇਆ, ਮੈਂ ਬਹੁਤ ਕੁੱਟ ਖਾ ਬੈਠਾ ਵਾਂ, ਹੁਣ ਮੇਰੇ ਕੋਲ ਹੌਂਸਲਾ ਨਹੀਂ ਕੁੱਟ ਖਾਣ ਦਾ, ਮੇਰੇ ਕੋਲੋਂ ਰੋਟੀ ਵੀ ਨਹੀਂ ਖਾਧੀ ਜਾਂਦੀ, ਮੈਂ ਇੰਨੀ ਕੁੱਟ ਖਾ ਬੈਠਾ ਬਾਬਾ ਜੀ। ਅਤੇ ਅੱਲਾ ਦਾ ਵਾਸਤਾ ਜੇ ਬਾਬਾ ਜੀ ਤੁਸੀਂ ਤਾਂ ਬੜੀ ਅੱਛੀ ਜਗ੍ਹਾ 'ਤੇ ਬੈਠੇ ਹੋ। ਪਹਿਲੋਂ ਤਾਂ ਇਹ ਦੱਸ ਤੇਰਾ ਨਾਂ ਕੀ ਹੈ ਅਤੇ ਤੂੰ ਚਾਹੁੰਦਾ ਕੀ? ਬਾਬਾ ਜੀ ਮੈਂ ਇੰਨੀ ਕੁੱਟ ਖਾਧੀ ਹੈ, ਮੇਰੇ ਬੱਚੇ ਵੀ ਹੁਣ ਮੈਨੂੰ ਅੱਬੂ ਨਹੀਂ ਮਾਮੂ ਕਹਿੰਦੇ ਨੇ ਮਾਮੂ, ਮੈਂ ਕੀ ਕਰਾਂ ਮੈਨੂੰ ਦੱਸੋ। ਮੇਰੀ ਬੀਵੀ ਵੀ ਇੱਕ ਦਿਨ ਦਰਵਾਜ਼ੇ 'ਤੇ ਆ ਕੇ ਮੈਨੂੰ ਕਹਿੰਦੀ ਭਰਾਵਾ ਕਿੱਧਰ ਆਇਆ ਤੂੰ, ਕੌਣ ਹੈ? ਮੈਂ ਵੇਖਿਆ ਵੇਖਿਆ ਲੱਗਣਾ ਤੂੰ, ਮੈਨੂੰ ਜਾ ਦੌੜ ਜਾ ਇੱਥੇ, ਮੇਰਾ ਮੀਆਂ ਘਰ ਨਹੀਂ ਹੈਗਾ, ਤੂੰ ਨਾ ਇੱਥੇ ਵੜੀ ਜਿੰਨ ਦਿਨ ਮੇਰਾ ਖਾਮਦ ਨਾ ਆਵੇ। ਅਤੇ ਬਾਬਾ ਜੀ ਮੇਰਾ ਕੁਝ ਕਰ ਲਓ, ਮੈਨੂੰ ਕੋਈ ਤਵੀਜ਼ ਧਾਗਾ ਦੇ ਦਿਓ, ਮੈਨੂੰ ਇਸ ਕੰਮ ਤੋਂ ਬਿਲਕੁਲ ਮੈਂ ਆਜ਼ਾਦ ਹੋ ਜਾਵਾਂ, ਮੈਂ ਤਾਂ ਬਹੁਤ ਪਰੇਸ਼ਾਨ ਹਾਂ, ਮੈਂ ਰੋਟੀ ਨਹੀਂ ਖਾਂਦਾ, ਬੀਵੀ ਦੇ ਛਿੱਤਰ ਖਾਂਦਾ, ਕੁੱਟ ਖਾਂਦਾ ਵਾਂ,
ਬਸ ਗੁਜ਼ਾਰਾ ਕਰ ਲੈਂਦਾ ਮੈਂ ਇਹਦੇ ਨਾਲ ਹੀ। ਦੇਖੋ ਜੀ, ਮੈਨੂੰ ਤਾਂ ਇਹ ਲੱਗਦਾ ਤੁਹਾਡੀ ਬੇਗਮ ਦੇ ਨਾ ਹੱਥ ਬੜੇ ਚੱਲਦੇ ਨੇ। ਹਾਂਜੀ, ਅੱਜ ਇਸ ਤਰ੍ਹਾਂ ਤੁਹਾਡੇ ਚੱਲਣ ਦੇ ਨੇ। ਜੀ ਜੀ, ਅਤੇ ਇੰਜ ਕਰੋ, ਹੱਲ ਮੈਂ ਇਹਦਾ ਕੱਢ ਦਿੰਦਾ ਵਾਂ। ਬਾਬਾ ਜੀ, ਮੇਰਾ ਹੱਲ ਕੱਢੋ, ਮੈਂ ਲਿਤਰਾਂ ਤੋਂ ਬਚਾਂ, ਨਹੀਂ ਤਾਂ ਮੈਨੂੰ ਇੱਥੋਂ ਕੱਢੋ। ਤੁਸੀਂ ਇੰਜ ਕਰੋ, ਤੁਸੀਂ ਸਭ ਤੋਂ ਪਹਿਲਾਂ ਲਿਆਓ ਮਹਿੰਦੀ, ਮਹਿੰਦੀ ਮਹਿੰਦੀ ਵਾਲੇ ਹੱਥ, ਮਹਿੰਦੀ ਲੈ ਕੇ ਆਓਗੇ ਨਾ ਜਦੋਂ। ਹਾਂਜੀ, ਉਹ ਲਿਆਓ, ਉਹਦੇ 'ਤੇ ਮੈਂ ਦਮ ਕਰਾਂ, ਦਮਾਦਮ ਦਮ ਕਰਕੇ, ਅਤੇ ਉਹ ਤੁਸੀਂ ਲਾਣੀ ਆਪਣੀ ਬੇਗਮ ਦੇ ਹੱਥਾਂ 'ਤੇ। ਠੀਕ ਹੈ, ਉਹ ਘੰਟੇ ਤੱਕ ਹੀ ਉਹਨਾਂ ਨੇ ਠੀਕ ਹੋ ਜਾਣਾ। ਜਿਸ ਹੱਥਾਂ ਨਾਲ ਉਹ ਤੁਹਾਨੂੰ ਮਾਰਦੀ ਸੀ, ਉਸੇ ਹੱਥਾਂ ਨਾਲ ਤੁਹਾਨੂੰ ਪਿਆਰ ਕਰੇਗੀ। ਵਾਹ ਬਾਬਾ ਜੀ ਵਾਹ, ਅੱਲਾ ਤੁਹਾਡੀ ਖੈਰ ਕਰੇ, ਮੌਲਾ ਤੁਹਾਨੂੰ ਖੁਸ਼ ਰੱਖੇ। ਬਾਬਾ ਜੀ, ਮੈਂ ਹੁਣੇ ਗਿਆ ਅਤੇ ਹੁਣੇ ਹੀ ਆਇਆ। ਅੱਲਾ ਖੈਰ, ਅੱਲਾ ਖੈਰ। ਇਕੱਲੇ ਇਕੱਲੇ ਪਾਣੀ ਪੀ ਵੀ ਜਾਂਦੇ, ਮੈਨੂੰ ਵੀ ਪਿਆ ਦਿਓ ਥੋੜ੍ਹਾ ਜਿਹਾ। ਛੀ ਛੀ ਕਰਨ ਦਿਓ, ਮੈਂ ਖੋਤਾ ਵਾਂ, ਬੱਕਰਾ ਵਾਂ ਕਿ ਲੇਲਾ ਵਾਂ। ਇਹ ਕਿਹੜੀ ਗੱਲ, ਉਹ ਯਾਰ ਮੇਰੇ ਜ਼ਿਹਨ 'ਚ ਗੱਲ ਨਿਕਲ ਗਈ, ਉਹ ਮੈਂ ਡੰਗਰਾਂ ਨੂੰ ਪਾਣੀ ਪਿਆਉਂਦਾ ਪੀਆਂ ਨਾ ਡੰਗਰਾਂ ਨੂੰ। ਅੱਛਾ, ਉਹ ਮੈਂ ਉਹੀ ਛੀ ਛੀ, ਅਤੇ ਉਹ ਮੇਰੇ ਜ਼ਿਹਨ 'ਚੋਂ ਹੀ ਗੱਲ ਰਹੀ ਛੀ ਛੀ। ਅੱਛਾ, ਪਿਆਓ ਫਿਰ ਪਾਣੀ ਥੋੜ੍ਹਾ ਜਿਹਾ। ਬਾਬਾ ਜੀ, ਮੈਂ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ। ਕਿਵੇਂ ਆਉਣ ਹੋਇਆ ਜੀ ਅੱਜ? ਆਜੋ ਬਹਿ ਕੇ ਗੱਲ ਕਰਨੀ ਹੈ। ਤੁਸੀਂ ਲੱਭਦੇ ਨਹੀਂ ਸੋਫੇ। ਕਿਉਂ, ਖੈਰ ਹੀ ਕੀ ਹੋਇਆ? ਰਾਣਾ ਸਾਹਿਬ, ਮੈਨੂੰ ਨਾ ਮਹਿੰਦੀ ਦੀ ਲੋੜ ਪੈ ਗਈ ਹੈ, ਬੜੀ ਜ਼ਰੂਰਤ ਪੈ ਗਈ ਹੈ, ਮੈਂ ਬੜਾ ਪਰੇਸ਼ਾਨ ਹੋਇਆ, ਮੈਨੂੰ ਮਹਿੰਦੀ ਦੇ ਦਿਓ। ਜੀ, ਪਰਸੋਂ ਤਾਂ ਤੂੰ 3 ਕਿਲੋ ਮਹਿੰਦੀ ਲੈ ਕੇ ਗਿਆ ਮੇਰੇ ਕੋਲੋਂ। ਉਹ ਤਾਂ ਸ਼ਾਦੀ ਤਾਂ ਮੁੱਕ ਗਈ ਸੀ ਨਾ ਜੀ, ਇਹ ਹੁਣ ਦੂਸਰੀ ਜਿਹੜੀ ਸ਼ਾਦੀ ਆਈ ਹੈ ਨਾ, ਇਹ ਉਹਦੇ ਵਾਸਤੇ ਮੈਂ ਮਹਿੰਦੀ ਲੈਣ ਵਾਸਤੇ ਆਇਆ। ਸ਼ਾਦੀ ਵਾਲਿਆ ਮਹਿੰਦੀ ਲਾਈਏ ਕਿ ਖਾਈਏ? ਬਹੁਤ ਇਸ ਤਰ੍ਹਾਂ ਹੀ ਕਰਦੇ ਨੇ ਜੀ, ਸਾਡੇ ਉੱਥੇ ਮਹਿੰਦੀ ਸਿਰ ਨੂੰ ਵੀ ਲਾ ਲੈਂਦੇ ਨੇ, ਪੈਰਾਂ ਨੂੰ ਵੀ ਲਾ ਲੈਂਦੇ ਨੇ, ਹੱਥਾਂ ਨੂੰ ਵੀ ਲਾ ਲੈਂਦੇ ਨੇ, ਉਹ ਸਮਝਦੇ ਨੇ ਕੋਈ ਮੁਫਤ ਹੀ ਮਹਿੰਦੀ ਹੈਗੀ ਹੈ। ਅਤੇ ਤੁਹਾਡੀ ਮਿਹਰਬਾਨੀ, ਮੈਂ ਤੁਹਾਡੇ ਅੱਗੇ ਹੱਥ ਜੋੜਨਾ, ਮੈਨੂੰ ਮਹਿੰਦੀ ਜਿਹੜੀ ਹੈ ਨਾ ਲਾਜ਼ਮੀ ਦਿਓ, ਮੈਂ ਇੱਥੋਂ ਜਾਣਾ ਤੋਂ ਨਹੀਂ। ਅਤੇ ਜਦੋਂ ਆਇਆ ਹੀ ਨਹੀਂ ਮਹਿੰਦੀ, ਮੈਂ ਤੈਨੂੰ ਕਿੱਥੋਂ ਦਿਆਂ? ਜਿੱਥੋਂ ਮਰਜ਼ੀ ਦਿਓ, ਪਹਿਲੀ ਕਿੱਥੋਂ ਦਿੱਤੀ ਸੀ? ਉਹਨੂੰ ਤਾਂ ਪਈ ਆਈ ਤਾਂ ਮੈਂ ਤੈਨੂੰ ਦੇ ਦਿੱਤੀ। ਹੁਣ ਵੀ ਪਤਾ ਕਰੋ, ਕੋਈ ਨਾ ਮਿਲ ਜਾਏਗੀ ਤੈਨੂੰ ਕਿਧਰੇ, ਕੋਈ ਐਸੀ ਗੱਲ ਨਹੀਂ ਹੈਗੀ। ਤੁਹਾਡੀ ਮਿਹਰਬਾਨੀ ਹੈ, ਮੈਨੂੰ ਜ਼ਲੀਲ ਨਾ ਕਰੋ, ਮੈਨੂੰ ਮਹਿੰਦੀ ਚਾਹੀਦੀ ਹੈ, ਮੈਂ ਨਾ ਮਹਿੰਦੀ ਲੈ ਕੇ ਗਿਆ, ਮੇਰਾ ਸਾਰਾ ਨੁਕਸਾਨ ਹੋ ਜਾਣਾ, ਮੈਂ ਬਹੁਤ ਪਰੇਸ਼ਾਨ ਹੋ ਗਿਆ। ਚੱਲ, ਮੈਂ ਕੋਈ ਸੋਚਣਾ ਵਾਂ, ਕੋਈ ਹਿਸਾਬ ਲਾ ਕੇ ਅਤੇ ਫਿਰ ਮੈਂ ਤੈਨੂੰ ਦੱਸਣਾ, ਵਰਨਾ ਪਤਾ ਕਰਨਾ ਮੈਂ, ਮੈਂ ਆਪਣੇ ਸ਼ਗਿਰਦ ਨੂੰ ਪੁੱਛਣਾ ਵਾਂ, ਸ਼ਾਇਦ ਪਈ ਹੋਵੇ। ਠੀਕ ਹੈ, ਅਤੇ ਜੇ ਅਗਰ ਹੋਈ ਤਾਂ ਮੈਂ ਤੈਨੂੰ ਜ਼ਰੂਰ ਦੇਸਾਂ, ਅਗਰ ਹੋਈ ਤਾਂ ਮੈਂ ਤੇਰੇ ਨਾਲ ਜਿਹੜੀ ਗੱਲ ਕਰ ਬੈਠਾ, ਉਸ ਗੱਲ 'ਤੇ ਮੈਂ ਪੂਰਾ ਉਸਾਂ। ਅੱਛਾ ਜੀ ਰਾਣਾ ਸਾਹਿਬ, ਠੀਕ ਹੈ ਠੀਕ ਹੈ, ਹਾਂ ਪਰੇਸ਼ਾਨ ਨਹੀਂ ਹੋਣਾ, ਹੋਈ ਤਾਂ ਮੈਂ ਤੈਨੂੰ ਜ਼ਰੂਰ ਦੇਸਾਂ, ਮੈਂ ਤੇਰੇ ਨਾਲ ਜਿਹੜੀ ਗੱਲ ਕਰ ਲਈਏ, ਮੈਂ ਉਸ ਗੱਲ 'ਤੇ ਪੂਰਾ ਉਸਾਂ, ਕਿਉਂ ਮੈਂ ਗੱਲ ਕਰ ਬੈਠਾ। ਠੀਕ ਹੈ ਰਾਣਾ ਸਾਹਿਬ, ਠੀਕ ਹੈ, ਹਾਂ ਮੈਂ ਇੰਤਜ਼ਾਰ ਕਰਨਾ ਤੁਹਾਡਾ, ਪਰੇਸ਼ਾਨ ਨਹੀਂ ਹੋਣਾ ਜੀ। ਠੀਕ ਹੈ, ਆ ਜਾ ਮੁੜ। ਉਹ ਲੱਡੂ, ਉਹ ਲੱਡੂ ਕੀ ਆਖਦੇ ਹੋ ਪੈ? ਉਹ ਕੋਈ ਸ਼ਰਮ ਕਰ, ਮੈਂ ਹੀ ਤੈਨੂੰ ਕਦੋਂ ਦਾ ਆਵਾਜ਼ਾਂ ਮਰੇਨਾ ਪਿਆ, ਕੋਈ ਤੈਨੂੰ ਯਾਦ ਹੈ? ਤੇਰੇ ਬਾਂਦਰ ਕਿੱਲੇ ਹੀ ਨਹੀਂ ਮੁੱਕਦੇ ਹੈਗੇ, ਮੈਂ ਕਿਹੜਾ ਤੁਹਾਡੇ ਨਾਲ ਖੇਡਣ ਡਿਆ? ਹੁਣ ਗੱਲ ਦੱਸੋ, ਦੱਸੋ ਕੀ ਗੱਲ ਹੈ?
ਓ ਮੈਂ ਤੈਨੂੰ ਕਹਿੰਦਾ ਪਿਆ ਮਹਿੰਦੀ ਚਾਹੀਦੀ ਏ, ਹੁਣ ਕੋਈ ਪਾਜ ਨਾ ਪਾ, ਮੈਨੂੰ ਮਹਿੰਦੀ ਚਾਹੀਦੀ ਏ। ਮਹਿੰਦੀ? ਹਾਂ ਮਹਿੰਦੀ ਤੇ ਰਾਣਾ ਸਾਹਿਬ ਮੈਨੂੰ ਮਾਫੀ ਦੇ ਦਿਓ, ਉਹ ਮੇਰੀ ਮਸ਼ੂਕ ਸੀ ਨਾ ਜਿਹੜੀ, ਉਹ ਮੈਂ ਉਹਨੂੰ ਲਾ ਬੈਠਾ ਮਹਿੰਦੀ ਜਿਹੜੀ ਪਈ ਸੀ। ਤੇ ਹੁਣ ਮੈਨੂੰ ਦੱਸ ਮੈਂ ਕੀ ਕਰਾਂ, ਉੱਤੋਂ ਗਾਹਕ ਆਇਆ ਤੇ ਹੁਣ ਮੈਨੂੰ ਦੱਸ ਮੈਂ ਇਹਦਾ ਕੀ ਹੱਲ ਕੱਢਾਂ, ਕੋਈ ਨਾ ਕੋਈ ਇਹਦਾ ਹੱਲ ਕੱਢ ਜ਼ਿਹਨ 'ਚ, ਮੇਰੇ ਤੇ ਕੋਈ ਜ਼ਿਹਨ 'ਚ ਗੱਲ ਨਹੀਂ ਪਈ ਆਉਂਦੀ। ਮੈਂ ਤੇ ਜਿਹੜੀ ਗੱਲ ਤੈਨੂੰ ਦੱਸਦਾ ਪਈਆਂ, ਮੈਂ ਉਹਦੇ ਨਾਲ ਗੱਲ ਕਰ ਬੈਠਾ, ਕਿਉਂਕਿ ਜਿਹੜੀ ਗੱਲ ਹੋਵੇ ਉਹਦੇ ਤਾਂ ਬੰਦੇ ਨੂੰ ਪੂਰਾ ਆਉਣਾ ਚਾਹੀਦਾ, ਮੈਂ ਉਹਨੂੰ ਮਹਿੰਦੀ ਦੇਵਣੀ ਹੈ, ਮੈਂ ਕਰ ਬੈਠਾ ਗੱਲ। ਹੁਣ ਮੈਨੂੰ ਨਹੀਂ ਪਤਾ ਹੈਗਾ ਇਹਦਾ ਹੱਲ ਕੱਢ, ਜਿਵੇਂ ਮਰਜ਼ੀ ਕੱਢ, ਤੈਨੂੰ ਪਤਾ ਹੈ ਮਹਿੰਦੀ ਤੂੰ ਦਿੱਤੀ ਹੈ, ਮੈਂ ਨਹੀਂ ਦਿੱਤੀ। ਉਸਤਾਦ ਜੀ ਤੁਸੀਂ ਮੈਨੂੰ ਆਪਣਾ ਸ਼ਗਿਰਦ ਸਮਝਦੇ ਹੋ ਨਾ, ਹਾਂ ਤਾਂ ਫਿਰ ਤੁਸੀਂ ਕਿਉਂ ਫਿਕਰ ਕਰਦੇ ਹੋ, ਬੇਫਿਕਰ ਹੋ ਜਾਓ, ਮੈਂ ਕੁਝ ਹੱਲ ਕੱਢਣਾ ਇਹਦਾ। ਮਹਿੰਦੀ ਜਿਹੜੀ ਹੈ ਨਾ, ਹੈ ਰਾਣਾ ਸਾਹਿਬ ਸੁਟੋ, ਮਹਿੰਦੀ ਦਾ ਹੱਲ ਨਿਕਲ ਗਿਆ। ਕੀ ਹੱਲ? ਮੈਂ ਨਾ ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਡਾ ਸ਼ਗਿਰਦ ਖਾਸ, ਤੁਹਾਨੂੰ ਮਹਿੰਦੀ ਚਾਹੀਦੀ ਹੈ ਨਾ, ਹਾਂ ਤੇ ਮੈਂ ਨਾ ਤੁਸੀਂ ਫਿਕਰ ਹੀ ਨਾ ਕਰੋ, ਇਹ ਮਹਿੰਦੀ ਤੁਹਾਨੂੰ ਇਸ ਤਰ੍ਹਾਂ ਦੀ ਲੱਭੇਗੀ ਕਿ ਗਾਹਕ ਤੁਹਾਡਾ ਐਡਾ ਮਹਿੰਦੀ ਲਾ ਕੇ ਖੁਸ਼ ਹੋਵੇਗਾ ਕਿ ਉਹ ਬਾਗ ਬਾਗ ਬਲਕਿ ਐਡਾ ਖੁਸ਼ ਕਿ ਉਹ ਜ਼ਿੰਦਗੀ ਦੇ ਵਿੱਚ ਉਹਨੇ ਉਹੋ ਜਿਹੀ ਮਹਿੰਦੀ ਨਹੀਂ ਲਾਈ ਹੋਵੇਗੀ। ਵਾਹ ਵਾਹ ਵਾਹ, ਲਓ ਚਲੋ ਫਿਰ ਚਲੀਏ। ਮੇਰੇ ਨਾਲ ਗੱਲ ਕਰ ਬੈਠੇ ਨੇ, ਹੁਣ ਥੋੜੀ ਜਿਹੀ ਮਹਿੰਦੀ ਦੇ 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 ਦੇ, ਤੇਰਾ ਭਲਾ ਹੋ ਜਾਏ, ਤੈਨੂੰ ਮੌਲਾ ਨੇ ਬੜਾ ਕੁਝ ਦੇਣਾ ਹੀ। ਨੀ ਨੀਲੀ ਦੀ ਹੋ ਮੈਨੂੰ ਸਮਝ ਆਈ ਹੈ, ਇਸ ਮਹਿੰਦੀ ਦੀ ਇਹ ਕਿਹੜੀ ਮਹਿੰਦੀ ਹੈ, ਤੇਰਾ ਤਰਲਾ ਪਾਈਨੇ ਆ, ਅੱਗੇ ਹੱਥ ਜੋੜਦੇ ਆ, ਮਹਿੰਦੀ ਚਾਹੀਦੀ ਹੈ ਤੈ ਸੋਹਣੀ ਸੁੱਚਣ। ਮੈਂ ਕਿਹਾ ਰਾਣਾ ਸਾਹਿਬ ਹੌਸਲਾ ਕਰ ਲੋ, ਇਹ ਮਹਿੰਦੀ ਉਧਰੋਂ ਲੈਣੀ ਜੇ ਕਿ ਹਾਂ ਮਹਿੰਦੀ ਸਹੀ ਹੈ, ਮਹਿੰਦੀ 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 ਤਾਜ਼ੀ ਤਾਜ਼ੀ ਉਹ ਮਹਿੰਦੀ ਸਹੀ ਹੈ, ਹੈ ਉਹ ਸਹੀ ਹੈ ਤਾਜ਼ੀ। ਹਾਂ ਚਲੋ ਫਿਰ ਪਾਓ ਪਾਓ ਤੁਸੀਂ ਪਾਓ। ਰਾਣਾ ਸਾਹਿਬ ਫਿਰ ਆਪਣੇ ਸ਼ਗਿਰਦ ਦਾ ਦਿਮਾਗ ਜਾਣਦੇ ਹੋ ਨਾ, ਵਾਹ 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 ਕਿਆ ਬਾਤ ਹੈ, ਕਿਉਂ ਜਾ ਰਹਾ ਆ ਲੱਭ ਆ ਦੇਖ ਮਹਿੰਦੀ, ਵਾਹ ਨੋ 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 ਨਾ ਜਾਵੇ ਗਾ ਗਿਆ ਤੇ ਕੰਮ ਗਿਆ ਆ ਲੈ ਚੌਧਰੀ ਚੁੰਮੇ ਨੂੰ ਦੇ ਕੇ ਨਾ ਤੇ ਉਹਦੇ ਕੋਲੋਂ ਮਾਲੂ ਫੜ ਲਿਆ। ਇਹਦਾ ਮਤਲਬ ਚੌਧਰੀ ਚੁੰਮੇ ਨੂੰ ਦੇ ਕੁੱਟ ਖਾਣ ਵਾਲੇ ਕੰਮ ਮੈਂ ਕਰਾਂ। ਗੱਲ ਨਹੀਂ 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 ਕੁੱਟ ਕਿਉਂ ਪਾਉਣੀ, ਗੱਲ ਤੁਸਾਂ ਕੀਤੀ ਕਿ ਮੈਂ ਮੈਂ ਤੇ ਗੱਲ ਕਰ ਬੈਠਾ ਨਾ, ਹੱਥ ਦਿਓ ਤੁਸੀਂ ਵੀ, ਮੇਰੀ ਗੱਲ ਸੁਣਦਾ ਮੇਰੀ ਗੱਲ ਸੁਣ, ਇੰਜੀ ਲਾਇ ਜਾ ਉਹਨੂੰ ਆਖ ਪਹਿਲੇ ਪੈਸੇ ਦੇ ਚਾ, ਪੈਸੇ ਪਹਿਲੇ ਫੜਨੇ ਨੇ। ਅੱਛਾ ਉਹਨੂੰ ਆਖੀ ਉਸਤਾਦ ਮੈਨੂੰ ਆਖਿਆ ਪੈਸੇ ਪਹਿਲੇ ਤੇ ਮੈਂ ਇਹਦੀ ਬਾਅਦ ਚ, ਠੀਕ ਹੈ ਉਹਦੀ ਬੜੀ ਮਜਬੂਰੀ, ਉਹ ਫਸਿਆ ਖੜਾ ਉਸ ਪੈਸੇ ਦੇਣੇ ਨੇ, ਠੀਕ ਹੈ ਤੇ ਇਹ ਕੋਈ ਮਾਲ ਥੋੜੇ ਜਿਹੇ ਦਾ ਨਹੀਂ, ਉਹਦੇ ਕੋਲੋਂ ਪੈਸੇ ਪਹਿਲੇ ਚਾਵਣੇ ਨੇ, ਮੈਂ ਇਹਦੀ ਉਹਨੂੰ ਬਾਅਦ ਚ ਫੜਾਵਣੀ, ਠੀਕ ਹੈ। ਪਰ ਗੱਲ ਸੁਣੋ ਮੇਰੀ ਉਸਤਾਦ ਜੀ, ਜੇ ਕੁੱਟ ਪਈ ਨਾ ਤੇ ਅੱਧੀ ਅੱਧੀ ਕਰਨੀ ਜੇ,
ਵੰਡ ਲਈ ਸਾ ਆ ਜਾ। ਅਸਲਾਮ ਅਲੈਕਮ ਚੌਧਰੀ ਚੁੰਮਾ ਸਾਹਿਬ। ਵਾਲੇਕੁਮ ਅਸਲਾਮ ਚੜ ਸਾਹਿਬ। ਹਾਂਜੀ ਹੈਲੋ। ਫੜੋ ਮਾਈਦੀ। ਹਾਂਜੀ ਫੜੋ ਲਿਆਓ ਫੜਾਓ। ਨਹੀਂ ਪਹਿਲਾਂ ਸਾਨੂੰ ਪੈਸੇ ਦਿਓ। ਅੱਛਾ ਹੈਲੋ ਪੈਸੇ ਲਵੋ। ਬੜੀ ਮਿਹਨਤ ਨਾਲ ਮਹਿੰਦੀ ਲਿਆਂਦੀ ਏ। ਅੱਛਾ ਠੀਕ ਹੈ। ਹਾਂਜੀ ਇਹ ਉਹ ਮੈਂ ਆਮ ਮਹਿੰਦੀ ਨਹੀਂ। ਅੱਛਾ ਇਹ ਬੜੀ ਪਾਏਦਾਰ ਮਹਿੰਦੀ, ਬੜੀ ਆਲਾ ਮਹਿੰਦੀ। ਅੱਛਾ ਇਹ ਭਾਵੇਂ ਤੁਸੀਂ ਹੱਥਾਂ ਤੇ ਲਾਓ, ਭਾਵੇਂ ਸਿਰ ਤੇ ਲਾਓ, ਇਹ ਭਾਵੇਂ ਮੂੰਹ ਤੇ ਲਾਓ। ਉਹ ਗੱਲ ਸੁਣੋ ਮੇਰੀ, ਬਹੁਤੀਆਂ ਗੱਲਾਂ ਨਾ ਕਰ, ਪਹਿਲਾਂ ਫੜ ਪੈਸੇ ਮੇਰੇ ਕੋਲੋਂ, ਲਿਆ ਮਹਿੰਦੀ ਮੇਰੇ ਹੱਥ ਦੇ ਤੇ ਨਿਕਲ ਪਹਿਲਾਂ ਫੜ। ਜਾਓ ਖੈਰੀ ਖੈਰੀ ਜਾਓ ਤੇ ਖੈਰੀ ਖੈਰੀ ਆਓ। ਮੈਂ ਕਿਹਾ ਪੈਸੇ ਤੇ ਲੈ ਲੈਣੇ, ਹੁਣ ਚੌਧਰੀ ਚੁੰਮੇ ਕੋਲੋਂ ਸਾਨੂੰ ਬਚਾ ਲਈ ਮਹਿੰਦੀ ਤੇ ਬੈਠਾ। ਉਸਤਾਦ ਜੀ ਅੱਜ ਤਾਂ ਮੋਟਾ ਹੀ ਮਾਲ ਲੱਗਦਾ ਜੀ। ਇਹ ਮੈਨੂੰ ਛਾਪਰ ਵੇਖ ਕੇ ਇੰਝ ਲੱਗਦਾ ਜਿਵੇਂ ਮੋਟਾ ਮਾਲ ਨਹੀਂ ਲੱਗਦਾ ਏ। ਲੈ ਬਈ ਚੌਧਰੀ ਚੁੰਮਿਆ, ਤੇਰਾ ਕੰਮ ਹੋ ਗਿਆ ਜੀ। ਤੈਨੂੰ ਇਸ ਮਹਿੰਦੀ ਦੀ ਵਜ੍ਹਾ ਤੋਂ ਲੱਖਾਂ ਅਤੇ ਕਰੋੜਾਂ ਰੁਪਇਆਂ ਦਾ ਫਾਇਦਾ ਹੋਣਾ ਜੀ। ਉਹ ਕਿਸੇ ਨੂੰ ਕੀ ਪਤਾ ਹੋਵੇ ਕਿ ਮੈਂ ਅੱਜ ਕੀ ਕਮਾ ਕੇ ਲਿਆਂਦਾ। ਵਾਹ ਵਾਹ। ਸਾਹ ਉਸਤਾਦ ਜੀ ਤੁਹਾਨੂੰ ਕਿਹਾ ਸੀ ਨਾ ਤੇ ਕਰੋੜਾਂ ਦਾ ਮਾਲ ਏ, ਤੁਸੀਂ ਮੰਨਦੇ ਨਹੀਂ ਸੀ। ਵਇਆ ਹੋਈ ਯਾਰ, ਲੱਗਦਾ ਮੈਨੂੰ ਵੀ ਕਰੋੜਾਂ ਦਾ ਮਾਲ ਏ। ਚੱਲ ਫਿਰ ਆ ਪੈ ਜਾਈਏ। ਚਲ ਅੱਜ ਖੁਸ਼ੀਆਂ ਦੇ ਨਾਲ ਮੈਨੂੰ ਚੜ ਗਏ ਨਿਹਾਲ, ਅੱਜ ਖੁਸ਼ੀਆਂ ਦੇ ਨਾਲ ਮੈਨੂੰ ਚੜ ਗਏ ਨਿਹਾਲ, ਮੈਂ ਨੱਚਾ ਕਦੀ ਟੱਪਾਂ ਹੋਇਆ ਬੁਰਾ ਹਾਲ ਵੇ। ਬੁਰਾ ਹਾਲ ਤੇਰਾ ਕਰ ਲੈਂਦੇ ਅਸੀਂ, ਕੀ ਹੈ ਕੀ ਗੱਲ ਦੱਸ ਲੈਂਦੇ ਹਾਂ ਕੀ ਹੈ। ਅੱਛਾ ਤਾਂ ਮੈਨੂੰ ਆ ਕੀ ਆ, ਹੈ ਕੁਛ ਨਹੀਂ, ਛੱਡਣ ਆ ਕੁਛ ਨਹੀਂ ਇਹਦੇ ਵਿੱਚ ਹੈਗਾ, ਛੱਡ ਮੈਨੂੰ ਆ ਹੈ ਨਾ ਕੀ ਹੈ, ਛੱਡ ਇਹ ਪੱਖਾ ਹੈ ਸਾਲਾ। ਚੱਲ ਛੱਡੋ ਯਾਰ ਮੈਨੂੰ ਤੁਸੀਂ। ਓ ਬੰਗਾਲੀ ਵਾਹ, ਦੇ ਯਾਰ ਮੈਨੂੰ ਇੱਧਰ, ਛੱਡ ਮੈਨੂੰ ਹਵਾਲਾ ਹਵਾਲਾ। ਓਏ ਬੰਗਾਲੀ ਵਾਹ, ਅੱਜ ਤੇ ਕਰੋੜਾਂ ਦਾ ਮਾਲ ਸਾਡੇ ਹੱਥ ਆਇਆ ਏ। ਓ ਬੰਗਾਲੀ ਓ ਤੇਰੀ ਨੱਸ ਜਾ ਸਾਲੀ, ਉਰਾਂ ਫੜਾ ਮੈਨੂੰ, ਮੇਰੀ ਝੋਲੀ ਖਾ ਲਈ, ਮੈਂ ਮਰ ਗਿਆ। ਓਏ ਬੰਗਾਲੀ ਮਾਰੂ ਮਾਰੂ, ਏ ਮੈਂ ਮਰ ਗਿਆ। ਹਾਏ ਖੁਦਾ ਦਾ ਵਾਸਤਾ ਦੇ ਮੈਨੂੰ ਦੇ ਦਿਓ, ਉਹ ਤੁਹਾਨੂੰ ਰੱਬ ਦਾ ਵਾਸਤਾ ਦੇ ਮੈਨੂੰ ਛੱਡ ਦਿਓ, ਉਹ ਮੈਂ ਮਰ ਗਿਆ। ਉਹ ਮੈਨੂੰ ਲਾ ਦਿਓ ਮੇਰੇ ਕੋਲੋਂ ਖੋ ਕੇ। ਉਹ ਕਿੱਡੀਆਂ ਕਿੱਡੀਆਂ ਵੱਡੀਆਂ ਲਾਸ਼ਾਂ ਨੇ ਫੜਿਆ ਮੈਨੂੰ, ਉਹ ਵੇਖੋ ਕਮਜ਼ੋਰ ਨਾਲ ਕੀ ਜ਼ੁਲਮ ਕਰਦੇ ਨੇ। ਤੁਹਾਡਾ ਪੇੜਾ ਘਰ ਖਾ ਗਿਆ, ਇਹ ਮੈਂ ਮਰ ਗਿਆ। ਮੇਰੇ ਪਿੱਛੇ ਪੈ ਗਏ ਬੰਗਾਲੀ, ਇਹਨੂੰ ਪਿਆਰ ਦੀ ਮਾਰ ਮਾਰਾਂਗੇ। ਲੈ ਹੁਣ ਜੇ ਸਾਡੇ ਮਗਰ ਆਇਆ ਤੈਨੂੰ ਗੋਲੀ ਮਾਰ ਦਿਆਂਗੇ। ਚੱਲ ਬੰਗਾਲੀ ਚੱਲੀਏ। ਮੈਂ ਲੁੱਟਿਆ ਗਿਆ, ਓਏ ਮੈਂ ਲੁੱਟਿਆ ਗਿਆ, ਓਏ ਮੈਂ ਲੁੱਟਿਆ ਗਿਆ, ਓਏ ਮੈਨੂੰ ਬਚਾ ਲਓ।
ਬੜਾ ਮਾਰਿਆ ਜ਼ਾਲਮ ਦੀਆਂ ਪੁੱਤਰਾਂ, ਬੜੀ ਨਸ਼ਾ ਮਰ ਗਿਆ। ਇਹਦੇ ਨਾਲੋਂ ਤਾਂ ਮੈਂ ਬੁੱਢੀ ਦਾ ਛਿੱਤਰ ਹੀ ਖਾਂਦਾ ਰਹਿੰਦਾ, ਉਹ ਚੰਗਾ ਨਹੀਂ ਸੀ। ਇਹਨਾਂ ਤਾਂ ਮੈਨੂੰ ਮਾਰ ਮਾਰ ਕੇ ਸਰਗੋਤੇ ਦਾ ਦੁੰਬਾ ਬਣਾ ਦਿੱਤਾ ਫੜ ਕੇ। ਜ਼ਾਲਮ ਦੇ ਪੁੱਤਰ, ਉਹ ਟਿਕੇਟ ਮੇਰੇ ਕੋਲੋਂ ਖੋ ਕੇ ਲੈ ਗਏ ਨੇ, ਉਹ ਮੇਰਾ ਸਮਾਨ, ਉਹ ਮੈਂ ਕਿਹੜੇ ਪਾਸੇ ਚਲਾ ਜਾਵਾਂ ਓਏ। ਉਹ ਬੰਗਾਲੀ, ਉਹ ਜਿਵੇਂ ਰੋਣ ਦਿਆ ਹੈ ਹਾੜੇ ਪਾ ਪਾ ਕੇ, ਉਹ ਇੰਜ ਲੱਗਦਾ ਜਿਵੇਂ ਲੱਖਾਂ ਦਾ ਹੀ ਮਾਲ ਹੈ। ਲੱਗਦਾ ਤਾਂ ਮੈਨੂੰ ਵੀ ਇੰਜ ਹੀ। ਉਹ ਭੌਂਕਣਾ ਓਏ, ਭੌਂਕਣਾ ਭੌਂਕਣਾ ਕੇ ਐਵੇਂ ਭੌਂ ਭੌਂਕ ਰਹਿਣਾ ਪਿਆ ਜਿਵੇਂ ਭੁੱਲੀ ਕੁੱਤਾ ਹੁੰਦਾ ਰੋਵੇਂ ਵਜਾ ਨੂੰ ਤੂੰ ਲੱਤ ਨੂੰ ਪਾਉਂਦਾ। ਮੇਰੀ ਗੱਲ ਸੁਣ, ਜਿਹੜੀ ਤੂੰ ਆਹ ਲਾਲ ਗਤੇਨਾ ਪਿਆ ਮੇਰੇ ਕੋਲੋਂ ਖੋ ਕੇ ਲੈ ਗਏ ਨੇ, ਮੈਂ ਦੀ ਮੇਰਾ ਕਰੋੜਾਂ ਦਾ ਮਾਲ ਹੈ ਅਤੇ ਮੇਰਾ ਲੱਖਾਂ ਦਾ ਮਾਲ ਕੇ ਆਈ ਉਹਦੇ ਵਿੱਚ, ਉਹਦੇ ਵਿੱਚ ਸਾਰਾ ਮੈਂ ਤੈਨੂੰ ਗੱਤ ਕੇ ਦਿੱਤਾ ਮਾਝ ਦਾ ਗੋਇਆ ਆਈ। ਜਿੰਨਾ ਮਰਜ਼ੀ ਤੂੰ ਭਾਵੇਂ ਟਰਾਲੀਆਂ ਭਰ ਕੇ ਲਾਏ ਜਾ ਇੱਥੋਂ, ਉਹ ਤੁਹਾਡਾ ਬੇੜਾ ਗਰਕ ਹੋ ਰਿਹਾ, ਉਹ ਤੁਸੀਂ ਵੀ ਫਰਾਡੀਆਂ ਨਿਕਲਿਓ। ਉਹ ਮੈਂ ਮਰ ਗਿਆ ਚਲਾ ਚਲਾ ਬੰਗਾਲੀ।